ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੀਵਨਜੋਤ ਕੌਰ ਹੈ। ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ। ਮੈਨੂੰ ਵੇਟ ਰਿਲੇਟਿਡ ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ, ਜਿਵੇਂ ਕਿ ਸ਼ੂਗਰ ਵਗੈਰਾ, ਮੇਰੇ ਪੈਰਾਂ 'ਤੇ ਸਵੈਲਿੰਗ ਆ ਜਾਂਦੀ ਸੀ, ਮੈਨੂੰ ਬੀ ਪੀ ਦੀ ਟੈਬਲੇਟ ਲੈਣੀ ਪੈਂਦੀ ਸੀਗੀ। ਮੇਰੀ ਫਰੈਂਡ ਨੇ ਡਾਕਟਰ ਅਮਿਤ ਸੂਦ ਜੀ ਬਾਰੇ, ਜਿਹੜੇ ਕਿ ਮੋਗਾ ਦੇ ਵਿੱਚ ਬੈਠਦੇ ਨੇ, ਉਹਨਾਂ ਬਾਰੇ ਸੁਜੈਸਟ ਕੀਤਾ ਅਤੇ ਮੈਂ ਇਹਨਾਂ ਕੋਲ ਆਈ। ਇਹਨਾਂ ਮੇਰਾ ਉਸ ਟਾਈਮ ਵੇਟ 118 ਕਿਲੋ ਸੀਗਾ ਅਤੇ ਇਹਨਾਂ ਨੇ ਮੈਨੂੰ, ਸਟਾਫ ਨੇ ਅਤੇ ਇਹਨਾਂ ਡਾਕਟਰ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਗਾਈਡ ਕੀਤਾ ਅਤੇ ਇਹਨਾਂ ਨੇ ਮੈਨੂੰ ਵੇਟ ਲੋਸ ਸਰਜਰੀ ਕਰਵਾਉਣ ਲਈ ਕਿਹਾ ਅਤੇ ਮੈਂ, ਮੇਰੇ ਅੱਜ 15 ਦਿਨ ਹੋ ਗਏ ਵੇਟ ਸਰਜਰੀ ਹੋਈ ਨੂੰ, ਵੇਟ ਲੋਸ ਦੀ ਸਰਜਰੀ ਹੋਈ ਨੂੰ। ਅੱਜ ਮੈਂ ਇੱਥੇ 15 ਦਿਨ ਬਾਅਦ ਆਈ ਹਾਂ। ਮੇਰਾ 8 ਕਿਲੋ ਵੇਟ ਰਿਡਿਊਸ ਹੋ ਗਿਆ। ਮੈਂ ਬਿਲਕੁਲ ਵੀ ਕੋਈ ਵੀ ਟੈਬਲੇਟ ਸ਼ੂਗਰ ਦੀ ਜਾਂ ਬੀ ਪੀ ਦੀ ਨਹੀਂ ਖਾ ਰਹੀ। ਮੈਂ ਇੱਥੇ ਆ ਕੇ ਦੇਖਿਆ ਕਿ 3 ਪੇਸ਼ੈਂਟਸ ਦੀ ਅੱਜ ਸਰਜਰੀ ਹੋਈ ਹੈ ਲਗਾਤਾਰ, ਅਤੇ ਮੈਂ ਸਾਰੇ ਵਿਊਜ਼ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਆ ਕੇ ਡਾਕਟਰ ਅਮਿਤ ਸੂਦ ਜੀ ਨੂੰ ਮਿਲੋ, ਆਪਣੇ ਵੇਟ ਰਿਲੇਟਿਡ ਜੋ ਵੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਸ਼ੂਗਰ ਦੀ, ਬੀ ਪੀ ਦੀ, ਆ ਕੇ ਉਹਨਾਂ ਤੋਂ ਟ੍ਰੀਟਮੈਂਟ ਕਰਵਾਓ ਮੋਗਾ ਦੇ ਵਿੱਚ। ਅਤੇ ਬਿਲਕੁਲ ਕੋਵਿਡ ਫ੍ਰੀ ਸੈਂਟਰ ਹੈ ਇੱਥੇ। ਕੋਈ, ਮੈਂ ਇੱਥੇ ਆਪ 3-4 ਦਿਨ ਇੱਥੇ ਰਹਿ ਕੇ ਗਈ ਹਾਂ, ਕੋਈ ਕੋਵਿਡ ਦਾ ਇੱਥੇ ਕੋਈ ਪੇਸ਼ੈਂਟ ਨਹੀਂ ਹੈ। ਕਈਆਂ ਨੂੰ ਇਹ ਹੁੰਦਾ ਕਿ ਪੇਸ਼ੈਂਟ ਵੀ ਕੋਵਿਡ ਕਰਕੇ ਅਸੀਂ ਨਹੀਂ ਆਉਂਦੇ ਹੈਗੇ, ਬਿਲਕੁਲ ਕੋਵਿਡ ਫ੍ਰੀ ਸੈਂਟਰ ਹੈਗਾ। ਤੁਸੀਂ ਇੱਥੇ ਆ ਕੇ ਪਲੀਜ਼ ਸਾਰੇ ਇੱਥੇ ਆ ਕੇ ਆਪਣੀ ਪ੍ਰੋਬਲਮਸ ਨੂੰ ਸੋਲਵ ਕਰੋ। ਥੈਂਕ ਯੂ।